ਸਿੱਧੂ ਮੂਸੇ ਵਾਲਾ ਇੱਕ ਚਮਕਦਾ ਹੋਇਆ ਸਿਤਾਰਾ ਜੋ ਸਰੀਰਕ ਤੌਰ ਤੇ ਅੱਜ ਸਾਡੇ ਵਿਚਕਾਰ ਨਹੀਂ ਹੈ ਪਰ ਆਪਣੀ ਆਵਾਜ਼ ਨਾਲ ਆਪਣੇ ਰੂਹ ਨਾਲ ਆਪਣੇ ਵਿਚਾਰਾਂ ਨਾਲ ਹਮੇਸ਼ਾ ਸਾਡੇ ਨਾਲ ਰਹੇਗਾ। ਉਹ ਹਮੇਸ਼ਾ ਆਖਦਾ ਹੁੰਦਾ ਸੀ ਹਰ ਉਹ ਪੁੱਤ ਸਿਤਾਰੇ ਜੋ ਆਪਣੇ ਮਾਤਾ ਪਿਤਾ ਦੀ ਸੇਵਾ ਕਰਦਾ ਹੈ। ਅੱਜ ਲੱਖਾਂ ਹੀ ਨਹੀਂ ਕਰੋੜਾਂ ਹੀ ਉਸਦੇ ਫੈਨ ਨੇ ਜਿਨ੍ਹਾਂ ਵਿੱਚ ਅਸੀਂ ਵੀ ਇੱਕ ਹਾਂ। ਉਹਨਾਂ ਲਈ ਇਹ ਸ਼ਰਧਾਂਜਲੀ ਹੈ ਮੇਰੀ ਪੇਂਟਿੰਗ। ਇਹ ਇਸ ਪੇਂਟਿੰਗ ਦੇ ਬਾਰੇ ਮੈਂ ਦੱਸ ਰਿਹਾ। ਇਹ ਸਭ ਤੋਂ ਪਹਿਲਾਂ ਮੈਂ ਐਕਰਾਈਲਿਕ ਕਲਰ ਜੋ ਨੇ ਉਹ ਯੂਜ ਕੀਤੇ ਨੇ। ਹੇਠਾਂ ਇੱਕ ਬੋਈ ਬੇਸ ਮੈਂ ਜੋ ਕੀਤਾ ਹੈ ਐਕਰਾਈਲਿਕ ਕਲਰ ਦਾ। ਉਸ ਤੋਂ ਬਾਅਦ ਓਇਲ ਕਲਰ ਵਰਤ ਰਿਹਾ। ਜਿੱਥੇ ਜਿੱਥੇ ਡਾਰਕ ਕਲਰ ਦੀ ਲੋੜ ਹੈ ਉੱਥੇ ਆਪਾਂ ਡਾਰਕ ਕਲਰ ਦੀ ਵਰਤੋਂ ਕਰਾਂਗੇ। ਜਿੱਥੇ ਜਿੱਥੇ ਲਾਈਟ ਕਲਰ ਦੀ ਜ਼ਰੂਰਤ ਹੈ ਉੱਥੇ ਲਾਈਟ ਕਲਰ ਵਰਤਾਂਗੇ। ਔਰ ਥੋੜ੍ਹੀ ਥੋੜ੍ਹੀ ਫਿਨਿਸ਼ਿੰਗ ਦੇ ਵਾਸਤੇ ਆਊਟਲਾਈਨ ਵੀ ਜ਼ਰੂਰੀ ਹੈ। ਪੱਗ ਦਾ ਜੋ ਰੰਗ ਹੈ ਉਹ ਖੱਟਾ ਭਾਵ ਕੇ ਪੀਲਾ ਰਹੇਗਾ ਔਰ ਆਊਟਲਾਈਨ ਜੋ ਹੈ ਕਾਲੇ ਰੰਗ ਦੀ ਜੋ ਹੈ ਲਾ ਰਿਹਾ। ਕਲਰਾਂ ਦੀ ਆਊਟਲਾਈਨ ਹੋ ਰਹੀ ਹੈ ਔਰ ਸ਼ਰਟ ਦਾ ਰੰਗ ਹੈ ਜੋ ਉਹ ਨੀਲਾ ਕੀਤਾ ਜਾ ਰਿਹਾ। ਜਿੱਥੇ ਜਿੱਥੇ ਡਾਰਕ ਰੰਗ ਦੀ ਲੋੜ ਹੈ ਉੱਥੇ ਡਾਰਕ ਰੰਗ ਲਗਾ ਰਹੇ ਹਾਂ। ਜਿੱਥੇ ਜਿੱਥੇ ਲਾਈਟ ਕਲਰ ਦੀ ਲੋੜ ਹੈ ਉੱਥੇ ਲਾਈਟ ਕਲਰ ਲਗਾ ਰਹੇ ਹਾਂ। ਇਸ ਵੀਡੀਓ ਨੂੰ ਹੋਰ ਵੀ ਕਿਵੇਂ ਬਿਹਤਰ ਬਣਾਇਆ ਜਾ ਸਕਦਾ ਸੀ ਤੁਸੀਂ ਕਮੈਂਟ ਦੇ ਵਿੱਚ ਲਿਖ ਸਕਦੇ ਹੋ। ਔਰ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ। ਇਸ ਤੋਂ ਬਾਅਦ ਮੈਂ ਲਗਾਵਾਂਗਾ ਬਾਰਡਰ ਯਾਨੀ ਕਿ ਹਾਸ਼ੀਆ। ਹਾਸ਼ੀਆ ਤਕਰੀਬਨ ਕੋਫੀ ਕਲਰ ਦਾ ਹੀ ਕਲਰ ਕੰਬੀਨੇਸ਼ਨ ਦੇ ਹਿਸਾਬ ਨਾਲ ਮੈਂ ਯੂਜ ਕੀਤਾ ਹੈ ਔਰ ਥੋੜ੍ਹੀ ਜਿਹੀ ਫਿਨਿਸ਼ਿੰਗ ਅਜੇ ਬਾਕੀ ਹੈ। ਹਾਸ਼ੀਆ ਮੈਂ ਲਗਾ ਰਿਹਾ ਜਿਵੇਂ ਜਿਵੇਂ ਵੀ ਜਿੱਥੇ ਜਿੱਥੇ ਵੀ ਜਿਸ ਕਲਰ ਦੀ ਜਿੱਥੇ ਲਾਈਟ ਕਲਰ ਦੀ ਜ਼ਰੂਰਤ ਹੈ ਉੱਥੇ ਲਾਈਟ ਕਲਰ ਅਤੇ ਜਿੱਥੇ ਡਾਰਕ ਕਲਰ ਦੀ ਜ਼ਰੂਰਤ ਹੈ ਉੱਥੇ ਡਾਰਕ ਕਲਰ ਵਰਤਿਆ। ਲਾਈਟ ਅਤੇ ਸ਼ੇਡ ਦਾ ਖਾਸ